अज साडे पंजाब दे सीनियर आम आदमी पार्टी दे वर्कर गुरदीप तूर जी उन्होंने सब्जी की रेहड़ी लाई हुई है। इन्हां नूं पुछदे आं भी की कारण है, की गलबात है, भी इन्हां ने सब्जी की रेहड़ी क्यों ला ली, ये कदम क्यों उठाया। ये बहुत वधिया बुलारे ने, आम आदमी पार्टी के बहुत पुराने वर्कर ने, इन्हां ने बहुत कम किया आम आदमी पार्टी के वर्कर के तौर ते। इन्हां नूं पुछदे आं, हां जी तूर साहब की कारण है। ਭਰਾਵਾ 10 ਸਾਲ ਹੋ ਗਏ ਆਮ ਆਦਮੀ ਪਾਰਟੀ ਦਾ ਬਹੁਤ ਪ੍ਰਚਾਰ ਕਰਿਆ, ਨਵੀਂ ਗੱਡੀ, ਮੋਟਰਸਾਈਕਲ, ਕਾਰ ਤੇ, ਟਰੈਕਟਰ ਤੇ, ਉਦੋਂ ਬਾਅਦ ਦੇ ਵਿੱਚ ਘੋੜੀ ਤੇ, ਸਾਈਕਲ ਤੇ, ਹਰ ਇੱਕ ਮੁੱਦਾ ਚੁੱਕਿਆ। ਪਰ ਸਾਡੇ ਲੀਡਰਾਂ ਨੇ ਬਾਹ ਨਹੀਂ ਫੜੀ, ਕਿਉਂਕਿ 10 ਸਾਲ ਦੇ ਵਿੱਚ ਬਹੁਤ ਪੈਸਾ ਬਰਬਾਦ ਕਰਿਆ। ਬਾਪੂ ਜੀ ਕਹਿੰਦਾ ਵੀ ਜਾਂ ਤਾਂ ਅੜੀਆ ਮੇਰੇ ਨਾਲ ਅੱਡ ਹੋ ਜਾ, ਕਿਉਂਕਿ ਮੇਰੇ ਬਾਪੂ ਜੀ ਅਗਰਾਹਾਂ ਗਰੁੱਪ ਦੇ ਪ੍ਰਧਾਨ ਨੇ, ਪਿੰਡ ਲੇਲੇ ਵਾਲਾ ਦੇ, ਦਿੱਲੀ ਧਰਨੇ ਤੇ ਬੈਠੇ ਹੋਏ ਨੇ, ਤੇ ਨਹੀਂ ਕੋਈ ਕੰਮ ਕਰ ਸ਼ੇਰਾ, ਮੈਂ ਤੈਨੂੰ ਪੰਜੀ ਨਹੀਂ ਦਿੰਦਾ। ਕਿਉਂ ਮੈਂ ਬਾਪੂ ਦੀ ਨਹੀਂ ਸੀ ਕਦੇ ਮੰਨੀ, ਕਦੇ ਨਹੀਂ ਰਲਾਈ ਸੀ ਪਸ਼ੂਆਂ ਨੂੰ ਸੰਨੀ, ਪੰਜਾਬ ਚ ਸਭ ਤੋਂ ਪਹਿਲਾਂ ਝਾੜੂ ਮੈਂ ਸੀ ਬੰਨੀ। ਪਰ ਕੋਈ ਚਾਹ ਨਹੀਂ ਪੀ ਕੇ ਗਿਆ ਲੀਡਰ ਮੇਰੇ ਘਰ ਕੰਨੀ, ਕਿਉਂਕਿ ਸਾਡੀ ਬਾਹ ਨਹੀਂ ਫੜੀ, ਦੁਸ਼ਮਣੀਆਂ ਸਾਡੀਆਂ ਪੈ ਗਈਆਂ, ਪਰਚੇ ਸਾਡੇ ਤੇ ਹੋਏ, ਲੀਡਰਾਂ ਨੇ ਵਿਆਹਾਂ ਚ ਸੱਦ ਲਏ, ਅਸੀਂ ਕਿਹੜੇ ਪਾਸੇ ਜਾਗੇ। ਪ੍ਰਧਾਨ ਲਾਏ ਆ, ਕਮੇਟੀ ਬਣਾਈ ਹੈ, ਉਹ ਬੰਦੇ ਲਾਏ ਆ। ਦੇਖੋ ਮੈਂ ਨਹੀਂ ਕਹਿੰਦਾ ਵੀ ਸਾਡੇ ਪ੍ਰਧਾਨ ਚ ਕੋਈ ਕਮੀ ਹੈ, ਪਰ ਸਾਡੇ ਚ ਕੀ ਕਮੀ ਸੀ, ਜਿੰਨੇ ਵੀ ਤਲਵੰਡੀ ਦੇ ਵਰਕਰ ਸੀ, ਵਲੰਟੀਅਰ ਸੀ, ਤਲੀ ਤੇ ਧਰਕੇ ਚੱਲੇ ਸੀ, ਉਹਨਾਂ ਨੂੰ ਸਾਈਡ ਲਾਈਨ ਕਿਉਂ ਕਰਿਆ? ਅਸੀਂ ਇਸ ਤੋਂ ਤੰਗ ਆ ਕੇ ਆਪਦਾ ਰੁਜ਼ਗਾਰ ਤੋੜ ਲਿਆ ਕਿ ਖੇਤੀਬਾੜੀ ਜ਼ਰੂਰੀ ਹੈ, ਪਹਿਲਾਂ ਸਿਹਤ ਫਿਰ ਖੇਤ, ਲੰਮੀ ਨਿਗਾਹ ਮਾਰ ਕੇ ਵੇਖ, ਸਿਹਤ ਵੀ ਖਰਾਬ ਕਰ ਲਈ ਸੀ, ਖੇਤ ਵੀ ਖਰਾਬ ਕਰ ਲਿਆ ਸੀ, ਕੰਮ ਧੰਦਾ ਛੱਡ ਕੇ। ਜੇ ਪੰਜਾਬ ਦੇ ਵਿੱਚ ਕੋਈ ਵਲੰਟੀਅਰ ਆਮ ਆਦਮੀ ਪਾਰਟੀ ਦਾ ਹੈਗਾ ਜਿਹਨੇ ਬਾਂਹ ਠੇਕੇ ਤੇ ਦਿੱਤਾ ਹੋਵੇ, ਘਰੋਂ ਕਾਰ ਮੋਟਰਸਾਈਕਲ ਜੇਬ ਚੋਂ ਖਰਚ ਕਰਿਆ ਹੋਵੇ, ਸਾਡੀ MLA ਨੇ ਵੀ ਨਹੀਂ ਕਰੇ ਮੇਰੇ ਜਿੰਨੇ। ਪਰ ਪਾਰਟੀ ਨੂੰ ਅਸੀਂ ਨਹੀਂ ਦਿੰਦੇ, ਕੱਲੇ ਵੱਡੇ ਲੀਡਰ ਦਿੰਦੇ ਆ। ਪਿੰਡਾਂ ਚ ਆ ਜਾਓ, ਸਵਾਲ ਜਵਾਬ ਤੁਹਾਨੂੰ ਵੀ ਹੋਣਗੇ, ਕਿਉਂਕਿ ਕਿਤੇ ਧੰਨਵਾਦੀ ਦੌਰਾ ਨਹੀਂ ਕਰਿਆ, ਤਲਵੰਡੀ ਸਾਬੋ ਦੇ ਵਿੱਚ ਕਿਤੇ ਦਫ਼ਤਰ ਨਹੀਂ ਖੋਲਿਆ। ਪੂਰੇ ਪੰਜਾਬ ਦੇ ਵਿੱਚ ਪਹਿਲੇ ਨੰਬਰ ਦੀ ਟੀਮ ਸੀ ਤੇ ਜਿਹੜੀ ਅੱਜ ਜ਼ੀਰੋ ਹੋਈ ਬੈਠੀ ਹੈ। ਸਾਡੇ ਨਾਲ ਕੋਈ ਬੰਦਾ ਤੁਰਨ ਨੂੰ ਤਿਆਰ ਨਹੀਂ। ਜਦੋਂ ਕਮੇਟੀ ਬਣਾਉਣ ਜਾਂਦੇ ਆ, ਅਗਲਾ ਕਹਿੰਦਾ ਤੇਰੇ ਕੀ ਹਾਰ ਪਾਤੇ, ਤੈਨੂੰ ਪਾਰਟੀ ਨੇ ਕੀ ਲਾਇਆ, ਅਸੀਂ ਕਮੇਟੀ ਕਿਉਂ ਬਣਾਈਏ, ਅਸੀਂ ਦੁਸ਼ਮਣੀਆਂ ਕਿਉਂ ਪਾਈਏ? ਕਿਉਂਕਿ ਭਰਾਵੋ ਲੀਡਰ ਜਿੱਤ ਕੇ ਮੁੜ ਕੇ ਪੁੱਛਦੇ ਨਹੀਂ ਕਿਸੇ ਨੂੰ। ਮੇਰੀ ਹੱਥ ਬੰਨ ਕੇ ਇਹੀ ਬੇਨਤੀ ਹੈ ਕਿ ਘਰ ਬਾਰ ਛੱਡ ਕੇ ਕੋਈ ਰਾਜਨੀਤੀ ਚ ਨਾ ਜਾਵੇ, ਇਹ ਘਰ ਫੂਕ ਤਮਾਸਾ, ਇਧਰੋਂ ਤਾਂ ਆਪਦਾ ਕੰਮ ਕਰ ਲੋ। ਬਹੁਤ ਦੁਖੀ ਹੈ, ਮੈਂ ਜ਼ਿਆਦਾ ਕੁਛ ਬੋਲਣਾ ਨਹੀਂ ਚਾਹੁੰਦਾ, ਕਿਉਂਕਿ ਮੈਂ ਭਾਵੇਂ ਆਮ ਆਦਮੀ ਪਾਰਟੀ ਨਾਲ ਖੜਾ, ਮੈਂ ਭਗਵੰਤ ਮਾਨ ਜੀ ਨਾਲ, ਕੇਜਰੀਵਾਲ ਨਾਲ ਖੜਾ, ਪਰ ਸਾਡੀ MLA ਬਲਜਿੰਦਰ ਕੌਰ ਨਾਲ ਮੈਂ ਨਹੀਂ ਹਾਂ, ਨਾ ਹਲਕਾ ਉਹਦੇ ਨਾਲ। ਕੱਲੀਆਂ ਅਖਬਾਰਾਂ ਤੇ ਫੋਟੋਆਂ ਭੋਗਾਂ ਤੇ ਬਹਿ ਕੇ ਬੀਬਾ ਡੰਗ ਨਹੀਂ ਲੈਣਾ, ਆ ਕੇ ਪੁੱਛ ਲੋਕਾਂ ਦਾ ਕੀ ਹਾਲ ਹੈ। ਮੈਂ ਘਰ ਬਰਬਾਦ ਕਰ ਲਿਆ, ਮੇਰੇ ਤੇ 2 ਪਰਚੇ ਹੈ, ਕਦੇ ਪੁੱਛਿਆ ਤੁਸੀਂ? ਕੋਲੋਂ ਜੇਬ ਚੋਂ ਖਰਚ ਕਰਿਆ, ਮੇਰੀ ਤਾਂ ਨਵੀਂ ਗੱਡੀ ਸੀ ਉਹ ਵੀ ਵਿਕ ਗਈ, ਮੋਟਰਸਾਈਕਲ ਵੀ ਵਿਕ ਗਿਆ, ਤੇ ਤੁਹਾਡੇ ਕੋਲੇ 4-5 ਨਵੀਆਂ ਆ ਗਈਆਂ। ਆ ਹਾਲਾਤ ਹੈ ਤਲਵੰਡੀ ਸਾਬੋ ਦੇ।